ਸੁਪਰ ਗੇਟ ਤੋਂ ਜਦੋਂ ਤੁਹਾਨੂੰ ਫੋਨ ਆਇਆ ਕਿੰਨੀ ਦੇਰ ਤੱਕ ਕਿੱਥੇ ਪਹੁੰਚ ਗਏ ਸੀ? ਉਹਦੇ ਕਾਲ ਦੇ ਵਿੱਚ ਪੰਜ ਮਿੰਟ ਦੇ ਵਿੱਚ ਦੋਨੇ ਗੱਡੀਆਂ ਪਹੁੰਚ ਗਈਆਂ, ਸੁਲਤਾਨਪੁਰ ਦੀ ਵੀ ਕਪੂਰਥਲੇ ਦੀ ਵੀ, ਉਸ ਤੋਂ ਬਾਅਦ ਹੀ ਸ਼ਾਹਕੋਟ ਦੀ ਗੱਡੀ ਨੂੰ ਵੀ ਅਸੀਂ ਮੰਗਾ ਲਈ ਇੱਥੇ। ਇਸ ਵੇਲੇ ਕਿੰਨੀਆਂ ਗੱਡੀਆਂ ਕੰਮ ਕਰ ਰਹੀਆਂ? 3 ਗੱਡੀਆਂ ਕੰਮ ਕਰ ਰਹੀਆਂ। ਅਤੇ ਕਿੰਨੇ ਦੇਰ 'ਚ ਅੱਗ ਬੁੱਝੇਗੀ? ਅੱਗ ਤਾਂ ਕਾਫੀ ਹੱਦ ਤੱਕ ਕੰਟਰੋਲ ਆ, ਇੱਕ ਢੇਰ ਨੂੰ ਲੱਗੀ ਹੋਈ ਆ ਜਿਹੜੀ, ਬਾਕੀ ਢੇਰ 'ਤੇ ਵਿਚਾਲੇ ਆ, ਜਿਹੜੀ ਇੱਕ ਢੇਰ ਆ ਉਹਨੂੰ ਲੱਗੀ ਹੋਈ ਆ, ਉਹ ਹੌਲੀ ਹੌਲੀ ਉਹਨਾਂ ਨੂੰ ਕਰ ਰਹੇ ਆ, ਅਤੇ ਕਿਉਂਕਿ ਉਹ ਚੱਕ ਰਹੇ ਆ ਲਿਫਟਿੰਗ ਕਰ ਰਹੇ ਆ ਨਾ, ਉਹਦੇ ਕਰਕੇ ਥੋੜ੍ਹੀ ਦਿੱਕਤ ਆ ਰਹੀ ਆ, ਹੋਰ ਕੋਈ ਚੱਕਰ ਨਹੀਂ। ਬਾਈ ਯਾਰ ਇਹ 2 ਵਜੇ ਦਾ ਟਾਈਮ ਸੀਗਾ ਅਤੇ ਕਲੀਅਰ ਤੁਹਾਨੂੰ ਪਤਾ ਨਹੀਂ, ਜਦੋਂ ਆਏ ਨਾ ਇਹ ਕੱਢ ਕੇ ਸੀ, ਉਹਨਾਂ ਨੇ ਸ਼ਰਾਰਤ ਕੀਤੀ ਹੈ, ਸ਼ਰਾਰਤ ਕਰਕੇ ਲਾਈ ਗਈ ਆ, ਕਿਉਂਕਿ 2 ਸਟ੍ਰਾਈਕਾਂ ਨੂੰ ਅੱਗ ਲੱਗੀ ਸੀ ਕੱਟੀ ਜੀ, ਜਦੋਂ ਸਾਡੇ ਬੰਦੇ ਸਾਡੇ ਕੋਲ ਹੀ ਪਏ ਸੀਗੇ 3-4 ਉੱਧਰ ਪਏ ਸੀ, ਦੂਜੀ ਸਾਈਡ ਜਦੋਂ ਕਿਸੇ ਨੇ ਆ ਕੇ ਰਸਤੇ 'ਚ ਲੰਘਿਆ ਜਾਂਦਾ ਮੋਟਰਸਾਈਕਲ, ਉਹਨਾਂ ਨੇ ਦੱਸਿਆ ਵੀ ਬਾਈ ਜੀ ਤੁਹਾਡੇ ਧੂਣੀ ਪਾਈ ਹੈ ਕਿ ਕੀ ਚੱਕਰ ਆ, ਜਦੋਂ ਉਹ ਕੋਲ ਆਏ ਤਾਂ ਉਦੋਂ ਇੱਕੇ ਦਮ ਮੰਨ ਕੇ ਚਲੋ ਭਾਂਬੜੀ ਨਿਕਲ ਗਈ। ਫਿਰ ਕਿੱਦਾਂ ਸੰਪਰਕ ਕੀਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ? ਫਾਇਰ ਬ੍ਰਿਗੇਡ ਦਾ ਨੰਬਰ ਪਾਈ ਅਸੀਂ ਨੈੱਟ ਤੋਂ ਕੱਢਿਆ ਜੀ, ਅਤੇ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਮਦਦ ਕੀਤੀ, ਜਲਦੀ ਤੋਂ ਜਲਦੀ ਗੱਡੀਆਂ ਭੇਜਣੀਆਂ ਸਰ, ਉਹਦੇ ਕਰਕੇ ਚਲੋ ਫਿਰ ਵੀ ਸਾਡਾ 15-18 ਗੱਠ ਤਾਂ ਮੱਚ ਗਈ ਬਾਈ ਜੀ, ਪਰ ਬਚਾਅ ਹੋ ਗਿਆ ਜੀ, ਅੱਗ ਹਜੇ ਵੀ ਚੱਲੀ ਜਾਂਦੀ ਹੈ ਜੀ। ਇਹ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇੱਥੇ? ਤਕਰੀਬਨ ਬਾਈ ਜੀ ਇਹ ਤੁਸੀਂ ਐਂ ਲਾ ਲਓ ਜੀ, ਜੇ 2000 ਗੱਠ ਤਾਂ 8000 ਕੁਇੰਟਲ, 7-8000 ਕੁਇੰਟਲ ਮਾਲ ਮੱਚ ਗਿਆ ਜੀ। ਓਕੇ ਹਾਂਜੀ, ਰਕਮ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਹਾਂਜੀ, ਕਿੰਨੇ ਰਕਮ ਵਿੱਚ ਕਿੰਨਾ ਕੁ ਨੁਕਸਾਨ ਹੋਇਆ? ਰਕਮ 'ਚ ਬਾਈ ਜੀ ਤਕਰੀਬਨ ਇਹ 15-16 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਠੀਕ ਹੈ ਜੀ। ਅਤੇ ਬੁਝਣ ਦੇ ਅਸਾਰ ਕਿੱਦਾਂ? ਬੁਝਣ ਦੇ ਅਸਾਰ ਬਾਈ ਅਜੇ ਚੱਲ ਰਹੀ ਹੈ ਜੀ, ਬਾਕੀ ਚੱਲ ਮੋਟਰ ਵੀ ਚੱਲੀ ਜਾਂਦੇ, ਫਾਇਰ ਬ੍ਰਿਗੇਡ ਦਾ ਵੀ ਚੱਲੀ ਜਾਂਦਾ ਜੀ ਇੱਧਰੋਂ। ਓਕੇ, ਹਾਂ ਜ਼ਿਆਦਾਤਰ ਤਾਂ ਚਲੋ ਕਾਬੂ, ਕੁਛ ਤਾਂ ਕਾਬੂ ਪਾ ਲਿਆ, ਪਰ ਹਜੇ ਵੀ ਹੋ ਸਕਦਾ ਜੀ ਨੁਕਸਾਨ ਵੱਧ ਹੋ ਜਾਏ ਜੀ ਅਜੇ, ਕਿਉਂਕਿ ਜਿੰਨਾ ਚਿਰ ਜਮ੍ਹਾਂ ਬੁਝਦੀ ਨਹੀਂ ਜੀ। ਫਾਇਰ ਬ੍ਰਿਗੇਡ ਤੋਂ ਜਦੋਂ ਤੁਹਾਨੂੰ ਫੋਨ ਆਇਆ ਕਿੰਨੀ ਦੇਰ ਤੱਕ ਕਿੱਥੇ ਪਹੁੰਚ ਗਏ ਸੀ? ਉਹਦੇ ਕਾਲ ਦੇ ਵਿੱਚ ਪੰਜ ਮਿੰਟ ਦੇ ਵਿੱਚ ਦੋਨੇ ਗੱਡੀਆਂ ਪਹੁੰਚ ਗਈਆਂ, ਸੁਲਤਾਨਪੁਰ ਦੀ ਵੀ ਕਪੂਰਥਲੇ ਦੀ ਵੀ, ਉਸ ਤੋਂ ਬਾਅਦ ਹੀ ਸ਼ਾਹਕੋਟ ਦੀ ਗੱਡੀ ਨੂੰ ਵੀ ਅਸੀਂ ਮੰਗਾ ਲਈ ਇੱਥੇ। ਓਕੇ, ਇਸ ਵੇਲੇ ਕਿੰਨੀਆਂ ਗੱਡੀਆਂ ਕੰਮ ਕਰ ਰਹੀਆਂ? 3 ਗੱਡੀਆਂ ਕੰਮ ਕਰ ਰਹੀਆਂ। ਅਤੇ ਕਿੰਨੇ ਦੇਰ 'ਚ ਅੱਗ ਬੁੱਝੇਗੀ? ਅੱਗ ਤਾਂ ਕਾਫੀ ਹੱਦ ਤੱਕ ਕੰਟਰੋਲ ਆ, ਇੱਕ ਢੇਰ ਨੂੰ ਲੱਗੀ ਹੋਈ ਆ ਜਿਹੜੀ, ਬਾਕੀ ਢੇਰ 'ਤੇ ਵਿਚਾਲੇ ਆ, ਜਿਹੜੀ ਇੱਕ ਢੇਰ ਆ ਉਹਨੂੰ ਲੱਗੀ ਹੋਈ ਆ, ਉਹ ਹੌਲੀ ਹੌਲੀ ਉਹਨਾਂ ਨੂੰ ਕਰ ਰਹੇ ਆ, ਅਤੇ ਕਿਉਂਕਿ ਉਹ ਚੱਕ ਰਹੇ ਆ ਲਿਫਟਿੰਗ ਕਰ ਰਹੇ ਆ ਨਾ, ਉਹਦੇ ਕਰਕੇ ਥੋੜ੍ਹੀ ਦਿੱਕਤ ਆ ਰਹੀ ਆ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।